ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਇੰਗਲੈਂਡ ਦੇ ਵਿੱਚ ਪਿਛਲੇ ਦਿਨਾਂ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹੋਏ ਆ ਅਤੇ ਉਹਨਾਂ ਦਾ ਸਮਾਗਮ ਦਿਨ ਰਾਤ ਚੱਲ ਰਿਹਾ ਅਤੇ ਕੱਲ੍ਹ ਜਿਵੇਂ ਕਿ ਤੁਹਾਨੂੰ ਪਤਾ 11 ਜਨਵਰੀ ਸੀ ਪ੍ਰੋਗਰਾਮ ਗੁਰਦੁਆਰਾ ਸਮੈਤਕ ਹਾਈ ਸਟਰੀਟ ਵਿਖੇ ਹੋਇਆ ਅਤੇ ਪ੍ਰੋਗਰਾਮ ਤੋਂ ਪਹਿਲਾਂ ਜਥੇਬੰਦੀਆਂ ਦੀ ਮੀਟਿੰਗ ਵੀ ਹੋਈ ਅਤੇ ਹੋਰ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਮੀਟਿੰਗ ਹੋਈ ਅਤੇ ਅੱਜ ਸਵੇਰੇ ਵੀ ਗੁਰਦੁਆਰਾ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਉੱਥੇ ਸਿੰਘ ਸਾਹਿਬ ਨੇ ਵਿਚਾਰ ਵਟਾਂਦਰਾ ਕੀਤਾ ਅਤੇ ਉਸ ਤੋਂ ਬਾਅਦ ਕ੍ਰਾਈਮ ਸਟਰੀਟ ਜਿਹੜਾ ਰਾਮਗੜੀਆ ਗੁਰਦੁਆਰਾ ਉੱਥੇ ਸੰਗਤਾਂ ਨੂੰ ਕੀਤਾ ਅਤੇ ਹੁਣ ਸਿੰਘ ਸਾਹਿਬ ਜਿਹੜੇ ਆ ਆ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਮੋਟਰਵੇ 'ਤੇ ਜਾ ਰਹੇ ਹਾਂ ਸਾਊਥ ਹਾਲ ਸਿੰਘ ਸਭਾ ਉੱਥੇ ਨੂੰ ਜਾ ਰਹੇ ਹਾਂ ਅਤੇ ਆਹ ਇੱਦੋਂ ਆ ਜਿਹੜੀ ਸਾਡੇ ਅੱਗੇ ਗੱਡੀ ਜਾ ਰਹੀ ਆ ਇੱਦੋਂ ਅਗਲੀ ਗੱਡੀ ਅਤੇ ਵਿੱਚ ਸਿੰਘ ਸਾਹਿਬ ਜੀ ਜਾ ਰਹੇ ਅਤੇ ਨਾਲ ਉਹਨਾਂ ਦੇ ਸਿੰਘ ਅਤੇ ਮੈਂ ਅਤੇ ਪਰਮਜੀਤ ਢਾਡੀ ਸਾਹਿਬ ਅਸੀਂ ਜਾ ਰਹੇ ਹਾਂ ਅਤੇ ਸਿੰਘ ਸਾਹਿਬ ਦਾ ਜਿਹੜਾ ਯਾਤਰਾ ਮਤਲਬ ਆਪਾਂ ਕਹੀਏ ਜਿਹੜੀ ਦੌਰਾ ਇਹ ਦੌਰਾ ਇੰਗਲੈਂਡ ਦਾ ਬਹੁਤ ਹੀ ਵਧੀਆ ਪ੍ਰਭਾਵਸ਼ਾਲੀ ਰਿਹਾ ਅਤੇ ਬੜੇ ਲੋਕਾਂ ਨੇ ਜਿਹੜੇ ਵਿਚਾਰ ਸਵਾਲ ਸਿੱਧੇ ਪੁੱਛੇ ਆ ਅਤੇ ਪਹਿਲੀ ਵਾਰੀ ਦੇਖਿਆ ਕਿ ਸਿੰਘ ਸਾਹਿਬ ਨੇ ਸੰਗਤ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਵਿਅਕਤੀ ਦੇ ਕੋਲ ਜਾ ਕੇ ਆਪ ਪਹੁੰਚ ਕੀਤੀ ਕਿ ਹਾਂ ਤੁਸੀਂ ਜਿਹੜਾ ਗੱਲਬਾਤ ਆ ਸਾਡੇ ਨਾਲ ਸਿੱਧੀ ਕਰੋ ਅਤੇ ਮੈਂ ਤੁਹਾਡੀ ਗੱਲਬਾਤ ਭਾਈ ਪਰਮਜੀਤ ਸਿੰਘ ਢਾਡੀ ਸਾਹਿਬ ਨਾਲ ਵੀ ਕਰਾਉਣਾ ਕਿਉਂਕਿ ਡਰਾਈਵ ਵੀ ਕਰ ਰਹੇ ਹਾਂ ਅਤੇ ਅਸੀਂ ਗੱਲਬਾਤ ਵੀ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਪਰਮਜੀਤ ਸਿੰਘ ਜੀ, ਤੁਸੀਂ ਇੱਕ ਪ੍ਰਚਾਰਕ ਵੀ ਹੋ, ਜਥੇਬੰਦੀ ਦੇ ਆਗੂ ਵੀ ਹਾਂ ਅਤੇ ਸਿੰਘ ਸਾਹਿਬ ਦਾ ਜਿਹੜਾ ਇੰਗਲੈਂਡ ਦਾ ਪ੍ਰਚਾਰ ਫੇਰੀ ਆ ਇਹਦੇ ਵਿੱਚ ਵੀ ਕਾਫੀ ਤੁਸੀਂ ਆਪਣਾ ਯੋਗਦਾਨ ਪਾਇਆ ਅਤੇ ਕਿਵੇਂ ਲੱਗਾ ਤੁਹਾਨੂੰ ਇਹ ਸਾਰਾ ਪੂਰਾ ਜਿਹੜਾ ਸਫ਼ਰ ਉਹਨਾਂ ਦਾ ਇੱਥੇ ਦਾ ਇੰਗਲੈਂਡ ਦਾ? ਸਭ ਤੋਂ ਵੱਡੀ ਗੱਲ ਤਾਂ ਭਾਈ ਰਘਵੀਰ ਸਿੰਘ ਜੀ ਇਹ ਹੋਈ ਕਿ ਸਿੰਘ ਸਾਹਿਬ ਨੇ ਜਿਹੜੀ ਅਸੀਂ ਲੋਕ ਜਾਂ ਆਮ ਲੋਕ ਚਾਹੁੰਦੇ ਸੀ ਵੀ ਜਿਹੜਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆ ਨਾ, ਹਾਂਜੀ, ਉਹ ਇੱਕ ਧੜੇ ਦੀ ਸੁਣਦਾ, ਇੱਕ ਪਾਸੜ ਦੀ ਗੱਲ ਸੁਣਦੇ ਆ, ਇੱਕੋ ਹੀ ਮਤਲਬ ਦੂਸਰਿਆਂ ਨਾਲ ਨਹੀਂ ਗੱਲ ਕਰਦੇ। ਓਕੇ, ਪਰ ਮੈਂ ਅਸੀਂ ਜੋ ਦੇਖਿਆ ਸਿੰਘ ਸਾਹਿਬ ਨੇ ਉਚੇਚੇ ਤੌਰ 'ਤੇ ਸਾਰਿਆਂ ਨੂੰ ਸਾਨੂੰ ਵੀ ਵਿੱਚੇ ਕਿਹਾ ਵੀ ਜਿਹੜੇ ਨਹੀਂ ਵੀ ਜਿਹਨਾਂ ਨੂੰ ਕੋਈ ਵੀ ਇਤਰਾਜ਼ ਵੀ ਹੈਗਾ ਉਹ ਆਓ ਆਪਾਂ ਰਲ ਮਿਲ ਕੇ ਬੈਠ ਕੇ ਉਹਨਾਂ ਦਾ ਸਲੂਸ਼ਨ ਲੱਭ ਕੇ ਸਿੱਖ ਕੌਮ ਨੂੰ ਸ਼੍ਰੀ ਅਕਾਲ ਤਖ਼ਤ ਦੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਆਪਾਂ ਆਪਣੇ ਭਵਿੱਖ ਨੂੰ ਉਜਲੇ ਭਵਿੱਖ ਵਾਸਤੇ ਨਾ ਕੁਛ ਨਾ ਕੁਛ ਵਿਚਾਰਾਂ ਕਰੀਏ। ਠੀਕ, ਸਭ ਤੋਂ ਕਿਉਂਕਿ ਇਹ ਨਹੀਂ ਹੁੰਦਾ ਕਿ ਜੇ ਇੱਕ ਵਾਰੀ ਕਿਸੇ ਦੇ ਨਾਲ ਜੇ ਦੂਸਰੇ ਸਿੰਘ ਸਾਹਿਬ ਆਉਂਦੇ ਸੀ ਉਹ ਘਰਾਂ ਵਿੱਚ ਬੈਠ ਕੇ ਆਪਣੇ ਮੀਟਿੰਗਾਂ ਕਰਕੇ ਉਹਨਾਂ ਨਾਲ ਹੀ ਚਲੀ ਜਾਂਦੇ ਸਨ, ਲੇਕਿਨ ਇਹਨਾਂ ਵਿੱਚ ਮੈਂ ਖੂਬੀ ਦੇਖੀ ਆ, ਯਾਨੀ ਓਪਨ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਉਹਨਾਂ ਨੇ ਜਿਹਨੇ ਵੀ ਕਿਸੇ ਨੇ ਵੀ ਕੋਈ ਵੀ ਸਵਾਲ ਆ, ਮੈਂ ਕਹਿੰਦਾ ਇੰਨੀ ਸਹਿਣਸ਼ੀਲਤਾ ਅਤੇ ਇੰਨੇ ਪਿਆਰ ਦੇ ਨਾਲ ਉਹਨਾਂ ਨੇ ਜਵਾਬ ਦਿੱਤੇ, ਭਾਵੇਂ ਕਈਆਂ ਨੇ ਕੌੜੇ ਸਵਾਲ ਵੀ ਕੀਤੇ ਆ, ਪਰ ਕੌੜੇ ਦਾ ਮਤਲਬ ਭਈ ਸਾਡੀ ਪੰਜਾਬੀਆਂ ਦੀ ਜਿਹੜੀ ਬੋਲੀ ਆ ਗੁਰਮੁਖ ਗਰਮ ਜਾਂ ਨਰਮ ਹਰ ਤਰ੍ਹਾਂ ਦਾ ਨਹੀਂ, ਪੰਜਾਬੀਆਂ ਪੇਂਡੂ ਦੀ ਬੋਲੀ ਥੋੜ੍ਹੀ ਜਿਹੀ ਹੋਰ ਤਕਾ ਹੁੰਦੀ ਆ, ਜਿਹੜੇ ਗੁਰਮੁਖਾਂ ਦੀ ਬੋਲੀ ਥੋੜ੍ਹੀ ਜਿਹੀ ਹੋਰ ਤਕਾ ਦੀ ਹੁੰਦੀ ਆ, ਉਹਨੀ ਗੁਰਮੁਖੀ ਲਹਿਜੇ ਦੇ ਵਿੱਚ ਹਰੇਕ ਦੀ ਗੱਲ ਸੁਣੀ ਵੀ ਔਰ ਉਸ ਗੱਲ ਦਾ ਜਵਾਬ ਦਿੱਤਾ। ਇੱਕ ਗੱਲ ਪਰਮਜੀਤ ਸਿੰਘ ਜੀ, ਜਦੋਂ ਕੱਲ੍ਹ ਮੈਂ ਵੀ ਉੱਥੇ ਸੀਗਾ ਅਤੇ ਜਦੋਂ ਉਹਨਾਂ ਨੇ ਪਹਿਲਾਂ ਜਦੋਂ ਮੀਟਿੰਗ ਦੇ ਵਿੱਚ ਜਿਹੜੀ ਆਪਣੀ ਸਪੀਚ ਸਟਾਰਟ ਕੀਤੀ, ਉਹ ਕਹਿੰਦੇ ਵੀ ਸਵਾਲ ਤਿੰਨ ਤਰ੍ਹਾਂ ਦੇ ਹੁੰਦੇ ਆ,
ਬੇਅਕ ਜਿੱਦਾਂ ਕਹਿਣਾ ਅਤੇ ਸੁਣਨਾ ਜਿੱਦਾਂ ਗੁਰਬਾਣੀ ਦਾ ਆਧਾਰ ਆ, ਇੱਕ ਹੁੰਦਾ ਜਲੀਲ ਕਰਨਾ ਵੀ ਉਹ ਸਵਾਲ ਨਹੀਂ ਹੁੰਦਾ, ਇਹਦਾ ਤੁਸੀਂ ਕੀ ਮਤਲਬ ਲੈਂਦੇ? ਇਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਸਵਾਲ ਆ ਨਾ, ਹਾਂਜੀ, ਉਹ ਸਵਾਲ ਨੂੰ ਸਵਾਲ ਨਹੀਂ ਕਰਨਾ, ਉਹ ਇੱਕ ਠੋਸਣਾ। ਅੱਛਾ, ਤੁਸੀਂ ਆਹ ਕਿਉਂ ਨਹੀਂ ਕਰਦੇ? ਹਾਂ, ਦੇਖੋ ਇੱਕ ਅਸੀਂ ਉਹਨਾਂ ਨੂੰ ਸਿੰਘ ਸਾਹਿਬ ਨੂੰ ਕਹਿੰਦੇ ਕਿ ਆਹ ਜਿਹੜਾ ਕੰਮ ਆ ਇਹ ਇਸ ਆਹ ਹੈਗੀ ਹੈ ਗੁਰਮਤ ਅੰਸਾਰੀ ਨੂੰ ਤੁਸੀਂ ਹੱਲ ਕਰੋ ਜੀ। ਹਾਂਜੀ, ਉਹ ਹੋ ਗਿਆ ਸਾਡਾ ਉਹਨਾਂ ਨੂੰ ਬੇਨਤੀ ਨੂੰ। ਠੀਕ ਹੈ, ਅਤੇ ਜਿਹੜਾ ਇੱਕ ਸਵਾਲ ਹੁੰਦਾ ਕਿਉਂ ਨਹੀਂ ਕਰਦੇ, ਹਾਂਜੀ, ਲੇਕਿਨ ਉਹ ਕਿਉਂ ਨਹੀਂ ਦਾ ਜਿਹੜਾ ਥੋੜ੍ਹੀ ਜਿਹਾ ਲਫ਼ਜ਼ ਥੋੜ੍ਹੀ ਜਿਹਾ ਹੋਰ ਤੱਕਾ ਹੋ ਜਾਂਦਾ, ਜੇ ਪਿਆਰ ਦੇ ਨਾਲ ਉਸੇ ਗੱਲ ਨੂੰ ਆਪਾਂ ਬੈਠ ਕੇ ਕਹਿ ਦਈਏ ਵੀ ਆਹ ਸਾਡੀ ਕੌਮ ਦੇ ਮਸਲੇ ਨੇ। ਜਿੱਦਾਂ ਹੁਣ ਸਵਾਲ ਕਈਆਂ ਬੰਦਿਆਂ ਨੂੰ ਵਿੱਚੋਂ ਪਤਾ ਵੀ ਨਹੀਂ ਹੁੰਦਾ ਵੀ ਸਾਡੇ ਆਹ, ਅਤੇ ਕਈ ਬੰਦੇ ਜਿਹੜੇ ਆ ਉਹ ਸਵਾਲ ਕਰਕੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਸ ਸਵਾਲ ਦਾ ਉੱਤਰ ਦੇ ਚੁੱਕੇ, ਇਹਨਾਂ ਦੇ ਹੁਕਮਨਾਮੇ ਵੀ ਜਾਰੀ ਹੋ ਚੁੱਕੇ ਆ, ਉਹ ਬਸ ਉਹਨਾਂ ਨੂੰ ਬਸ ਮੌਕੇ ਜ਼ਿਆਦਾ। ਜਿੱਦਾਂ ਜਦੋਂ ਚਲੋ ਮੈਂ ਮੀਡੀਆ 'ਚ ਵੀ ਵਿਚਰਦਾ ਜਾਂ ਆਮ ਪਬਲਿਕ 'ਚ ਵੀ ਵਿਚਰਦਾ, ਜ਼ਿਆਦਾ ਲੋਕਾਂ ਦਾ ਇਹ ਹੁੰਦਾ ਕਿ ਬਾਦਲਾਂ ਦੇ ਜਥੇਦਾਰ ਆ, ਬਾਦਲਾਂ ਦੇ ਥੋਪੇ ਹੋਏ ਆ, ਸ਼੍ਰੋਮਣੀ ਕਮੇਟੀ ਦੇ ਜਥੇਦਾਰ ਆ, ਅਤੇ ਇਹਨਾਂ ਨੇ ਉਹਨਾਂ ਦੀ ਗੱਲ ਕਰਨੀ ਆ, ਜਾਂ ਇਹ ਉਹਨਾਂ ਨੂੰ ਕਿਉਂ ਨਹੀਂ ਜੀ ਕਟਹਿਰੇ 'ਚ ਖੜ੍ਹੇ ਕਰਦੇ, ਉਹਨਾਂ ਨੂੰ ਕਿਉਂ ਨਹੀਂ ਸੱਦਦੇ ਅਕਾਲ ਤਖ਼ਤ 'ਤੇ, ਅਤੇ ਇਹੋ ਜਿਹਾ ਸਵਾਲ ਵੀ ਕੀਤਾ ਸੀ, ਅਤੇ ਉਹਦੇ ਵੀ ਸਿੰਘ ਸਾਹਿਬ ਜੀ ਨੇ ਬੜੇ ਧੀਰਜ ਦੇ ਨਾਲ ਜਵਾਬ ਦਿੱਤੇ। ਨਹੀਂ ਨਹੀਂ ਦੇਖੋ, ਜਿਹੜੀਆਂ ਸਿੰਘ ਸਾਹਿਬ ਨੇ ਇੱਕ ਦਲੀਲ ਦਿੱਤੀ ਸੀਗੀ ਕਿ ਜਿਹੜੇ ਉੱਥੇ ਨਾ ਬੇਅਦਬੀ ਕਾਂਡ ਮਗਰਾਟ ਜਿਹੜੀ ਬਰਗਾੜੀ ਦੇ, ਹਾਂ, ਦੋ ਕਮਿਸ਼ਨ ਬਿਠਾਏ, ਇੱਕ ਕਮਿਸ਼ਨ ਜੋਰਾ ਸਿੰਘ ਸੀਗਾ, ਹਾਂਜੀ, ਜਿਹੜੇ ਦੂਸਰਾ ਸੀਗਾ ਰਣਜੀਤ ਸਿੰਘ ਕਮਿਸ਼ਨ, ਹਾਂਜੀ ਹਾਂਜੀ, ਉਹਨਾਂ ਦੋਨਾਂ ਹੀ ਕਮਿਸ਼ਨਾਂ ਦੀ ਰਿਪੋਰਟ ਸਿੰਘ ਸਾਹਿਬ ਦੇ ਕੋਲ ਹੈਗੀ ਆ। ਓਕੇ, ਉਹ ਕਹਿੰਦੇ ਵੀ ਸਾਡੇ ਕੋਲ ਐਡੀ ਮੋਟੀ ਉਹ ਹੈਗੀ ਆ, ਪਤਾ ਨਹੀਂ ਕਿੰਨੇ ਸੌ ਪੇਜ ਹਜ਼ਾਰ ਪੇਜ ਦੀ ਉਹ ਸਾਰੇ ਐਵੀਡੈਂਸ ਇਹਨਾਂ ਲਿਖੀ, ਉਹਦੇ ਵਿੱਚ ਕੋਈ ਵੀ ਸਪਸ਼ਟੀਕਰਨ ਕਰਕੇ ਨਹੀਂ ਲਿਖਿਆ ਵੀ ਆਹ ਬੇਅਦਬੀ ਦਾ ਅਸਲ ਦੋਸ਼ੀ ਆਹ ਆ। ਅੱਛਾ, ਉਹ ਬਲਾਨਾ ਬਲਾਨੇ 'ਤੇ ਚਲ ਗਿਆ, ਉੱਥੋਂ ਜੀ ਇਹਦੀ ਉਹਨੂੰ ਫੋਨ ਕੀਤਾ ਸੀਗਾ ਜੀ, ਆਹ ਇਹ ਗੱਲਾਂ ਜਿਹੜੀਆਂ ਹੁੰਦੀਆਂ ਇਹ ਦਲੀਲਾਂ ਨਿਗੀਆਂ, ਜਿਹੜਾ ਉਹਦਾ ਨਿਚੋੜ ਦੇਣਾ ਸੀ ਵੀ ਅਸੀਂ ਆ ਜਿਹੜਾ 3000 ਜਾਂ 1000 ਪੇਜ ਆ ਇਹਦਾ ਲਿਖਿਆ, ਇਹਦੇ ਵਿੱਚ ਆਹ 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 ਜਿਹੜੇ 11 ਫੈਕਟਡ ਹੈ ਜਿਹਦੇ ਵਿੱਚ ਬਾਦਲ ਦੋਸ਼ੀ ਪਾਇਆ ਜਾਂਦਾ, ਉਹ ਹੈ ਹੀ ਨਹੀਂ। ਇੱਕ ਸਵਾਲ ਜਿੱਦਾਂ ਇਹ ਵੀ ਕੀਤਾ ਸੀ ਬਈ ਸੰਗਤਾਂ ਦੇ ਵਿੱਚੋਂ ਬਈ ਅਕਾਲੀ ਸਰਕਾਰ ਵੇਲੇ ਜਾਂ ਕਾਂਗਰਸ ਸਰਕਾਰ ਵੇਲੇ ਕਿੰਨੀਆਂ ਬੇਅਦਬੀਆਂ ਹੋਈਆਂ, ਉਹਦਾ ਸਾਡੇ ਕੋਲ ਉੱਥੇ ਪ੍ਰੂਫ ਹੈਗਾ, ਹਾਂਜੀ, ਬਈ ਕਿੰਨੀਆਂ ਬੇਅਦਬੀਆਂ ਕਿੰਨੀਆਂ ਅਕਾਲੀਆਂ ਵੇਲੇ ਹੋਈਆਂ, ਕਿੰਨੀਆਂ ਕਾਂਗਰਸ ਵੇਲੇ ਹੋਈਆਂ, ਹਾਂਜੀ, ਠੀਕ ਹੈ, ਉਹਨਾਂ ਕੋਲ ਰਾਈਟਿੰਗ 'ਚ ਪ੍ਰੂਫ ਪਏ ਆ, ਇਹ ਨਹੀਂ ਆਪਾਂ ਕਹਿ ਸਕਦੇ ਕਿ ਉੱਥੇ ਦੂਸਰੇ ਬੰਨੇ ਗੱਲ। ਹਾਂ, ਜਿਹੜੀ ਗੱਲ ਸਿੰਘ ਸਾਹਿਬ ਨੇ ਮੰਨੀ ਆ ਉਹ ਇਹ ਸੀ ਬਈ ਜਦੋਂ ਉੱਥੇ ਬੇਅਦਬੀ ਹੋਈ ਆ ਬਰਗਾੜੀ ਜਾਂ ਦੂਸਰੀ, ਉਹਦੇ ਵਿੱਚ ਸਹਿਰਦਤਾ ਨਾਲ ਬਾਦਲ ਨੂੰ ਜਿਹੜੇ ਸਟੈਪ ਲੈਣੇ ਚਾਹੀਦੇ ਸੀ ਉਹ ਨਹੀਂ ਲਏ ਗਏ। ਓਕੇ, ਕਿਉਂਕਿ ਉਹਨਾਂ ਦੀ ਗੌਰਮੈਂਟ ਸੀ, ਠੀਕ ਆ, ਇਸ ਕਰਕੇ ਉਹਨਾਂ ਨੂੰ ਲੈਣੇ ਚਾਹੀਦੇ ਸੀ, ਉਹਨੀ ਨਹੀਂ ਲਏ। ਇੱਕ ਮੈਨੂੰ ਇੰਟਰਸਟਿੰਗ ਆਪ ਨੂੰ ਬਹੁਤ ਉਹਨਾਂ ਦਾ ਵਧੀਆ ਜਵਾਬ ਲੱਗਾ ਕਿ ਜਦੋਂ ਪਿੱਛੇ ਜਿਹਾ ਅਕਾਲੀ ਦਲ ਬਾਦਲ ਨੇ ਪਿਛਲੇ ਸਾਲ ਦੇ ਵਿੱਚ ਉਹਨਾਂ ਦੇ ਸਾਰੇ ਜਿੰਨਾ ਅਕਾਲੀ ਦਲ ਹੈਗਾ ਉਹਨਾਂ ਨੇ ਆ ਕੇ ਉੱਥੇ ਜੋੜੇ ਸਾਹਿਬ ਕੀਤੇ ਵੀ ਅਸੀਂ ਮਾਫ਼ੀ, ਜਿੱਦਾਂ ਪਸ਼ਚਾਤਾਪ ਜਾ ਕਿੱਦਾਂ, ਉਹ ਕਹਿੰਦੇ ਵੀ ਆ ਕੇ ਫਿਰ ਜਿੱਦਾਂ ਮੰਨਣਾ ਪੈਣਾ, ਉੱਥੇ ਕਟਹਿਰੇ 'ਚ ਖੜਨਾ ਪੈਣਾ। ਨਹੀਂ, ਉਹਨਾਂ ਕਿਹਾ ਸੀ ਕਿ ਸਾਨੂੰ ਤੁਸੀਂ ਮਤਲਬ ਕਲੀਨ ਚੈੱਟ ਜਾਂ ਹੈ ਨਾ ਮਾਫ਼ੀ ਦੇ ਦਿਓ। ਹਾਂ, ਸਿੰਘ ਸਾਹਿਬ ਕਹਿੰਦੇ ਨਹੀਂ, ਜਿਹੜੀ ਇਹਦਾ ਹੈਗਾ ਆ ਜਿਹੜੀ ਮਰਜ਼ਾਦਾ ਆ ਤਖ਼ਤ ਦੀ ਉਹ ਫਿਰ ਤੁਸੀਂ ਲਿਖਤੀ ਤੌਰ 'ਤੇ ਅਕਾਲ ਤਖ਼ਤ ਨੂੰ ਦਿਓ, ਠੀਕ ਹੈ, ਦੇ ਕੇ ਉੱਥੇ ਫਲੀਸ 'ਤੇ ਖੜ੍ਹੇ ਹੋ, ਉੱਤੋਂ ਅਸੀਂ ਜਿਹੜਾ
ਉਹ ਤੁਹਾਨੂੰ ਸੇਵਾ ਲਾ ਕੇ ਦਾਨ ਲਾ ਕੇ ਫੇਰ ਹੋਊਗੀ, ਨਹੀਂ ਤੇ ਨਹੀਂ ਹੋਊਗੀ ਬੇਟੀ, ਨਾਲੇ ਦੱਸਣਾ ਪਊਗਾ ਕੀ ਗੱਲ ਕੀ ਆ। ਤੇ ਤੁਸੀਂ ਆਪਣੇ ਆਪ ਚ ਪਾਤਸ਼ਾਹ ਜਪ ਕਰਨਾ ਸੌ ਕਰੋ, ਆਪਾਂ ਰੋਜ਼ ਕਰਦੇ ਹਾਂ, ਆਪਾਂ ਗੁਰੂ ਗ੍ਰੰਥ ਸਾਹਿਬ ਚ ਗੁਰੂ ਘਰ ਵਿੱਚ ਜਾਂਦੇ ਹਾਂ, ਜਾ ਕੇ ਆਪਾਂ ਉੱਥੇ ਕਹਿੰਦੇ ਹਾਂ ਸੱਚੇ ਪਾਤਸ਼ਾਹ ਜਾਣੇ ਜਾਣ ਜਾਣੇ ਚ ਸਾਡੇ ਕੋਲ ਜਿਹੜੀਆਂ ਗਲਤੀਆਂ ਸਾਡੀ ਖਿਮਾ ਕਰਨੀ, ਇਹ ਤਾਂ ਆਪਾਂ ਸੰਗਤ ਰੂਪ ਵਿੱਚ ਅਰਦਾਸ ਵਿੱਚ ਓਦਾਂ ਵੀ ਹਰ ਵੇਲੇ ਕਰਦੇ ਹਾਂ। ਇਹ ਚੀਜ਼ ਹੋ ਰਿਹਾ, ਠੀਕ ਆ, ਠੀਕ ਹੈ ਜੀ। ਹਾਂਜੀ ਚਲੋ ਆਪਾਂ ਇਹ ਤਾਂ ਹੋ ਗਿਆ ਜਿਹੜਾ ਮੀਟਿੰਗ ਦਾ, ਅਤੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਆਮ ਸੰਗਤਾਂ ਦੇ ਨਾਲ ਮਿਲਣਾ, ਉਹਨਾਂ ਦਾ ਸਪੀਚਾਂ ਜਾਂ ਉਹਨਾਂ ਨੇ ਜਿਹੜੇ ਆਪਣੇ ਲੈਕਚਰ ਕੀਤੇ ਆ ਉਹਦੇ ਵਿੱਚੋਂ ਕੀ ਅਨੁਭਵ ਕੀਤਾ ਤੁਸੀਂ? ਹਾਂਜੀ ਜਿਹੜੇ ਉਹਨਾਂ ਦੇ ਲੈਕਚਰ ਤੁਸੀਂ ਲੈਸਟਰ ਕੀਤਾ, ਸਮੈਦਕ ਕੀਤਾ ਜਾਂ ਕੱਲ੍ਹ ਦਾ ਵੀ ਕੀਤਾ, ਜਦੋਂ ਇਤਿਹਾਸ ਦੱਸਦੇ ਆ ਵੀ ਸਿੱਖਾਂ ਨੂੰ ਮਤਲਬ ਆਪਾਂ ਪੜ੍ਹਦੇ ਤਾਂ ਸਾਰੇ ਹਾਂ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਪਲਾਏ, ਅਤੇ ਉਹਨਾਂ ਨੇ ਤਰੀਕੇ ਵੀ ਦੱਸੇ ਵੀ ਕਿੱਦਾਂ ਹੋਣੀ ਚਾਹੀਦੀ ਦੁਬਧਾ ਦੂਰ। ਦੇਖੋ ਜਿਹੜਾ ਉਹਨਾਂ ਨੇ ਕੀ ਦੱਸਣਾ, ਤੁਸੀਂ ਹਿਸਟਰੀ ਪੜ੍ਹ ਲਓ, ਰਿਪੀਟ ਹੁੰਦੀ ਆਈ ਆ। ਹਾਂ ਉੱਥੇ ਬੜੇ ਬੜੇ ਜਿਹੜੇ ਸੀ ਜਿਨ੍ਹਾਂ ਨੇ ਹੋਰ ਮਤਲਬ ਪਾਪ ਵੀ ਕੀਤੇ, ਉਹਨਾਂ ਕੋਲ ਵਗਿਆ ਵੀ ਹੋਈਆਂ, ਉਹ ਜਦੋਂ ਸ਼ਰਨ ਆਵੇ ਤਾਂ ਸਕੰਠਲਾ ਆਵੇ, ਠੀਕ, ਇਹ ਇਹਨੂੰ ਕੀ ਕਹਾਂਗੇ ਅਸੀਂ ਜਿਹੜਾ ਸ਼ਰਨ 'ਚ ਹੀ ਆ ਗਿਆ। ਪਰ ਆਮ ਲੋਕਾਂ ਦੇ ਮਨ ਦੇ ਵਿੱਚ ਇਹ ਹੁੰਦਾ ਢਾਡੀ ਸਾਹਿਬ ਵੀ ਬੰਦੇ ਆ ਇਹਨਾਂ ਨੂੰ ਫੜ ਕੇ ਜੀ ਇਹਨਾਂ ਦੇ ਕੋੜੇ ਮਾਰੇ ਜਾਣ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਬੇਨਤੀ ਕਰ ਜਾਵਾਂ, ਇਹ ਸਾਡੀ ਸਾਡਾ ਹੈਗਾ ਅੰਦਰਲਾ ਸਾੜਾ ਵੀ ਅਸੀਂ ਇਸ ਬੰਦੇ ਨੂੰ ਚੋਰੜੇ ਹੀ ਮਰਾਉਣੇ ਆ ਜਾਂ ਇਸ ਬੰਦੇ ਨਾਲ, ਉਹ ਹੈਗੀ ਪਰਸਨਲੀਆਂ ਜਿਹੜੀਆਂ ਗੌਰਮੈਂਟ ਅਨੁਸਾਰ ਜੇ ਪੰਜ ਸਿੰਘ ਸਾਹਿਬ ਉਹਨਾਂ ਨੂੰ ਕੋਈ ਸਜ਼ਾ ਲਾਉਂਦੇ ਆ ਤਾਂ ਸਾਡਾ ਫਰਜ਼ ਬਣਦਾ ਉਹਨੂੰ ਐਕਸਪੈਕਟ ਕਰਨਾ। ਸਜ਼ਾ ਦਾ ਸਿਆਣਿਆਂ ਦੀ ਇੱਕ ਕਹਾਵਤ ਆ, ਚੋਰੀ ਕੱਖ ਦੀ ਵੀ ਅਤੇ ਚੋਰੀ ਲੱਖ ਦੀ ਵੀ, ਚੋਰ ਦਾ ਮਤਲਬ ਚੋਰੀ ਆ, ਜਿਹੜੀ ਸਜ਼ਾ ਦਾ ਮਤਲਬ ਸਜ਼ਾ ਆ। ਅਤੇ ਇੱਕ ਮੈਂ ਬੇਨਤੀ ਕਰ ਰਿਹਾ, ਜਿਹੜੇ ਲੋਕ ਗੌਰ ਇਤਿਹਾਸ ਜਾਂ ਸਾਡੇ ਸਿੱਖ ਇਤਿਹਾਸ ਨੂੰ ਜਾਂ ਸਿੱਖੀ ਪਰੰਪਰਾਵਾਂ ਨੂੰ ਪੜ੍ਹਨਾ ਚਾਹੀਦਾ ਔਰ ਘੋਖਣਾ ਚਾਹੀਦਾ, ਠੀਕ, ਜਿਸ ਬੰਦੇ ਨੂੰ ਇੱਕ ਵਾਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਲੱਗ ਜਾਏ ਨਾ, ਉਸ ਬੰਦੇ ਨੇ ਭਾਵੇਂ ਕਿੱਡੀ ਵੱਡੀ ਕੁਰਬਾਨੀ ਕਰ ਜਾਵੇ, ਉਸ ਬੰਦੇ ਦੀ ਅਜਾਇਬ ਘਰ 'ਚ ਪੈਟਰੋਲ ਨਹੀਂ ਲੱਗਦਾ। ਅੱਛਾ ਇਹ ਅਸੂਲ ਆ, ਇਹ ਅਸੂਲ ਆ, ਠੀਕ ਹੈ। ਸੰਤਾਂ ਸੋ ਉਹ ਨਿਹੰਗ ਨੇ, ਚਲੋ ਭਾਵੇਂ ਕਿੱਦਾਂ ਵੀ ਸੀ, ਅਕਸਰ ਉਹ 96 ਕਰੋੜੀ ਜਥੇ ਦਾ ਮੁਖੀ ਸੀ, ਉਸ ਬੰਦੇ ਨੇ ਉਹ ਅਕਾਲ ਤਖ਼ਤ ਤੋਂ ਛੇਕ ਦਿੱਤਾ ਅਤੇ ਉਹਨੇ ਸਜ਼ਾ ਲਵਾ ਵੀ ਲਈ, ਮੁੜ ਕੇ ਪੰਥ ਵਿੱਚ ਵੀ ਸ਼ਾਮਿਲ ਹੋ ਗਿਆ। ਜਦੋਂ ਉਹ ਚੜ੍ਹਾਈ ਕਰ ਗਿਆ, ਨਿਹੰਗ ਸਿੰਘ ਜਥੇਬੰਦੀਆਂ ਨੇ ਬੜਾ ਜ਼ੋਰ ਲਾਇਆ ਕਿ ਸੰਤਾਂ ਸਿੰਘ ਨਿਹੰਗ ਦੀ ਜਿਹੜੀ ਆ ਸ਼੍ਰੀ ਉੱਥੇ ਅਕਾਲ ਆਪਣੇ ਅੰਮ੍ਰਿਤਸਰ ਦੇ ਵਿੱਚ ਅਜਾਇਬ ਘਰ ਦੇ ਵਿੱਚ ਉਹਦੀ ਵੀ ਫੋਟੋ ਲੱਗਣੀ ਚਾਹੀਦੀ ਆ, ਪਰ ਲੱਗੀ ਨਹੀਂ, ਲੱਗੀ ਠੀਕ ਹੈ ਨਾ। ਜਿਹੜੀਆਂ ਇਹ ਚੀਜ਼ਾਂ ਇਹ ਸਾਡੀਆਂ ਪਰੰਪਰਾਵਾਂ ਆ। ਅਤੇ ਜਿੱਦਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਆ, ਉਹ ਕੌਮ ਦਾ ਜਿੱਦਾਂ ਇੱਕ ਬੁਲਾਰਾ ਆ, ਸਪੋਕਸਮੈਨ ਆ, ਜਿੱਦਾਂ ਉਹਨਾਂ ਨੇ ਆਪ ਵੀ ਬਹੁਤ ਸਪੀਚਾਂ 'ਚ ਗਿਆ, ਅਤੇ ਕਿਹੋ ਜਿਹੀ ਉਹਦੀ ਸ਼ਖਸੀਅਤ ਜਾਂ ਕਿੱਦਾਂ ਦੀ ਉਹਦੇ ਕੋਲ ਜਾਣਕਾਰੀ ਹੋਣੀ ਚਾਹੀਦੀ ਆ ਜਿਹੜਾ ਵੀ ਜਿਹੜਾ ਵੀ ਜਥੇਦਾਰ ਬਣਦਾ? ਦੇਖੋ ਜਥੇਦਾਰ ਦੀ ਪਦਵੀ ਜਿਹੜੀ ਆ ਬਹੁਤ ਉੱਚੀ ਆ, ਠੀਕ ਹੈ ਜੀ, ਸਿੱਖ ਕੌਮ ਦੀ ਸਰਮੋਰ ਆ, ਉਹਦੇ ਬਰਾਬਰ ਹੋਰ ਕਿਸੇ ਦੀ ਪਦਵੀ ਨਹੀਂ ਹੈਗੀ, ਠੀਕ ਹੈ। ਅਤੇ ਜਿਹੜਾ ਜਥੇਦਾਰ ਆ ਨਾ ਉਹਨੂੰ ਪੂਰਾ ਗਿਆਨ ਹੋਣਾ ਚਾਹੀਦਾ, ਧਰਮ ਪਤੀ ਵੀ ਅਤੇ ਸਾਡੇ ਜਿਹੜਾ ਸਿੱਖੀ ਦੇ ਸਿੱਖੀ ਪਤੀ ਵੀ, ਮਤਲਬ ਇਤਿਹਾਸ ਤੋਂ ਵੀ ਜਾਣੂ ਹੋਣਾ ਚਾਹੀਦਾ, ਗੌਰਮਤ ਅਨੁਸਾਰ, ਸਿੱਖੀ ਸਿਧਾਂਤਾਂ ਅਨੁਸਾਰ ਸਭ ਜਾਣਕਾਰੀ ਹੋਣੀ ਚਾਹੀਦੀ ਆ। ਕਿਉਂਕਿ ਇਹ ਹੁਣ ਇੱਕ ਗੱਲ ਚੱਲੀ ਸੀ ਕੱਲ੍ਹ ਜੀ, ਉੱਥੇ ਜਿਹੜੇ ਗ੍ਰੰਥੀ ਆ ਉਹ ਉਹਨਾਂ ਨੂੰ ਨਹੀਂ ਆਉਂਦਾ, ਤੁਸੀਂ ਜੀ ਉੱਥੋਂ ਉਹਨਾਂ ਨੂੰ ਸਰਟੀਫਿਕੇਟ ਦਿਆ ਕਰੋ, ਉੱਥੋਂ ਉਹਨਾਂ ਤੋਂ ਲੈ ਕੇ ਨਾ ਉਹਨਾਂ ਕੋਲ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਰੱਖਦੇ ਆ ਕਿਸੇ ਗ੍ਰੰਥੀ ਨੂੰ ਪੁੱਛਦੇ ਆ ਵੀ ਤੇਰੇ ਕੋਲ ਉੱਥੇ ਦੀ ਚਿੱਠੀ ਹੈਗੀ ਆ,
ਸੂਰਕੇ ਦਾ ਜਥੇਦਾਰ ਉਹ ਕਹਿੰਦਾ ਤੁਸੀਂ ਤੇ ਰੱਖਦੇ ਹੀ ਉਹਨੂੰ ਬਈ ਜਿਹੜਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਬੋਲੇ ਉਹਨੂੰ ਤਨਖਾਹ ਵੀ ਘੱਟ ਦੇਣੀ ਪੈਣੀ ਆ ਉਹਨੂੰ ਰੱਖਣਾ ਵੀ ਅਸੀਂ ਐਜੇ ਨੌਕਰ ਆ ਇਹ ਚੀਜ਼ਾਂ ਹੁੰਦੀਆਂ ਜਿਹੜਾ ਗੁਰੂ ਘਰ ਦਾ ਵਜ਼ੀਰ ਜੇ ਨੇ ਰਹਿਣਾ ਉਹਨੇ ਕਮੇਟੀ ਦੇ ਥੱਲੇ ਅਧੀਨਗੀ ਕਰਕੇ ਨਹੀਂ ਰਹਿਣਾ ਉਹਨੇ ਗੁਰੂ ਮਹਾਰਾਜ ਦੀ ਅਧੀਨਗੀ ਝੱਲਣੀ ਆ ਨਾ ਕਿ ਕਮੇਟੀ ਦੀ ਬਿਖੜੇ ਸਮੇਂ ਦੇ ਵਿੱਚ ਸਾਨੂੰ ਕੀ ਕਹਿਣਾ ਕਰਨਾ ਚਾਹੀਦਾ ਤੁਸੀਂ ਇਹਦੇ ਬਾਰੇ ਕੀ ਕਹੋ ਮੈਂ ਪਰਸਨਲੀ ਤੌਰ ਤੇ ਕਹਿੰਦਾ ਜਿਹੜੇ ਸਿੰਘ ਸਾਹਿਬ ਉਪਰਾਲਾ ਕਰ ਰਹੇ ਨਾ ਸਿੱਖ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਕਰਨ ਵਾਸਤੇ ਜੇ ਤਾਂ ਅਸੀਂ ਗੁਰੂ ਕੇ ਸਿੱਖ ਹਾਂ ਜੇ ਤਾਂ ਅਸੀਂ ਹੈਗੇ ਕੌਮ ਦੇ ਹੱਕ ਵਿੱਚ ਭਲੇ ਵਾਸਤੇ ਫਿਰ ਸਾਨੂੰ ਆਪਣੇ ਕਿਲੇ ਛਿਪ ਕੇ ਭੁਲਾ ਕੇ ਨਾ ਅਕਾਲ ਤਖ਼ਤ ਨਾਲ ਜੋੜਨਾ ਚਾਹੀਦਾ ਅਤੇ ਸਿੰਘ ਸਾਹਿਬ ਦੀ ਸਪੋਰਟ ਕਰਨੀ ਚਾਹੀਦੀ ਆ ਸਿੰਘ ਸਾਹਿਬ ਜਿੰਨਾ ਚਿੱਕ ਇੱਕ ਗੱਲ ਲੋਕ ਕਹਿੰਦੇ ਜੀ ਸਿੱਖ ਸਾਹਿਬ ਜੇ ਇੱਦਾਂ ਹੋ ਗਿਆ ਜੇ ਜਦੋਂ ਹੋਊਗਾ ਗੁਰਬਚਨ ਸਿੰਘ ਹੋਣਾ ਨੂੰ ਸਿੱਖ ਕੌਮ ਨੇ ਰਿਜੈਕਟ ਕਰ ਦਿੱਤਾ ਜੋ ਮਰਜ਼ੀ ਕਰੀ ਜਾਣ ਸੌਦੇ ਸਾਹਿਬ ਦੀ ਮਾਫ਼ੀ 'ਚ ਠੀਕ ਹੈ ਜੀ ਜੇ ਕੋਈ ਗੱਲ ਇੱਦਾਂ ਦੀ ਆਵੇ ਵੀ ਆ ਸਿੱਖ ਕੌਮ ਕੋਲ ਵੀ ਬੜੀ ਤਾਕਤ ਆ ਸੰਗਤ ਆ ਠੀਕ ਹੈ ਨਾ ਆਪਾਂ ਉਸ ਵੇਲੇ ਪਹਿਲਾਂ ਇਹ ਜੇ ਨੂੰ ਛੱਡੋ ਇਕੱਠੇ ਹੋਵੋ ਯਾਨੀ ਮੌਕਾ ਦਿਓ ਮੌਕਾ ਦਿਓ ਨਾਲੇ ਸੂਝਵਾਨ ਗੁਰਸਿੱਖ ਹੈਗਾ ਆ ਅਤੇ ਆਪਣਾ ਫਰਜ਼ ਬਣਦਾ ਕਿ ਆਪਾਂ ਇਹਦਾ ਸੋਚੀਏ ਕਿ ਅਸੀਂ ਇਕੱਲੇ ਸੂਝਵਾਨ ਆ ਸਾਡੇ ਕੋਲ ਹੀ ਆ ਨਹੀਂ ਨਹੀਂ ਮਹਾਰਾਜ ਨੇ ਜਿਹਨੇ ਸੇਵਾ ਲੈਣੀ ਆ ਨਾ ਉਹ ਗੁਰੂ ਨੇ ਆਪੇ ਹੀ ਕਰ ਲੈਣੀ ਆ ਹੁਣ ਸਾਰੇ ਬੰਦੇ ਸੋਚਦੇ ਜਿਹੜੀ ਇਹ ਨਾ ਸੇਵਾ ਆ ਮੈਂ ਕਰ ਸਕਦਾ ਮੈਂ ਆਹ ਕਰ ਸਕਦਾ ਕਿ ਮੈਂ ਇਹਨੂੰ ਮਾਰਨਾ ਗੁਰੂ 'ਤੇ ਭਰੋਸਾ ਰੱਖਣਾ ਗੁਰੂ ਆਪੇ ਕਰਨਾ ਇੰਦਰਾ ਗਾਂਧੀ ਨੇ ਪਾਪ ਕੀਤਾ ਉੱਥੇ ਸਾਰਿਆਂ ਬੰਦਿਆਂ ਦੇ ਦਿਲ ਬਰੂੰਦਰੇ ਗਏ ਪਰ ਗੁਰੂ ਨੇ ਸੇਵਾ ਉਹਨਾਂ ਤੋਂ ਲੈ ਲਈ ਜਿਹੜੇ ਉੱਥੇ ਮੁੱਢ ਬੈਠੇ ਸੀ ਜਿਹਨਾਂ ਦਾ ਕਦੇ ਚਿੱਤ ਚੇਤੇ 'ਚ ਵੀ ਨਹੀਂ ਸੀ ਆਪਾਂ ਸੁਣਿਆ ਆਪਾਂ ਕਦੇ ਉਹਨਾਂ ਨੂੰ ਸਿੱਖ ਵੀ ਨਹੀਂ ਸੀ ਮੰਨਦੇ ਇਹ ਜਿਹੜੀ ਗੁਰੂ ਦੀ ਕਲਾ ਜਿੱਥੇ ਵਰਤਣੀ ਆ ਉਹਦੇ ਉੱਥੇ ਗੁਰੂ 'ਤੇ ਭਰੋਸਾ ਰੱਖ ਕੇ ਆਪਾਂ ਨੂੰ ਸਾਰੇ ਕੰਮ ਕਰਨੇ ਚਾਹੀਦੇ ਆ ਅਰਦਾਸ ਕਰੋ ਜਥੇਦਾਰ ਪ੍ਰਤੀ ਵੀ ਜਥੇਦਾਰ ਸਾਹਿਬ ਚੜ੍ਹਦੀ ਕਲਾ ਵਿੱਚ ਰਹਿ ਕੇ ਪੰਥ ਦੇ ਭਲਾਈ ਵਾਸਤੇ ਮਹਾਰਾਜ ਜੀ ਨੇ ਇਹਦੇ ਤੋਂ ਸੇਵਾ ਲਈ ਬਹੁਤ ਬਹੁਤ ਧੰਨਵਾਦ ਜੀ ਭਾਈ ਪਰਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।